ਸ਼੍ਰੀ ਅਕਾਲ ਗੁਰਮੀਤ, ਕੀ ਹਾਲ ਚਾਲ? ਉਮੀਦ ਕਰਦਾ ਸਾਰੇ ਨੂੰ ਠੀਕ ਹੋਵੋਗੇ, ਮੈਂ ਵੀ ਠੀਕ ਹਾਂ। ਮੈਂ ਸਮਰਦੀਪ ਆ ਗਿਆ ਇੱਕ ਨਵੇਂ ਵਲੋਗ ਦੇ ਨਾਲ। ਹੁਣ ਆਪਾਂ ਪਾਵਾਂ ਵਿੱਚ ਪੱਠੇ, ਫਿਰ ਅੱਗੇ ਤੁਹਾਨੂੰ ਮਿਲਦੀ ਆਪਾਂ ਦਿਖਾਉਣੇ ਪਿੰਡ ਅੰਦਰ। ਹੁਣ ਮਿਲਦੇ ਪੱਠੇ ਪਾ ਕੇ ਤੁਹਾਨੂੰ, ਤਾਂ ਪੱਠੇ ਆਪਾਂ ਪਾ ਦਿੱਤੇ ਗਏ ਨੇ ਜੀ। ਹੁਣ ਲੱਗ ਪਏ ਡੰਗਰ ਖਾਣ, ਹੁਣ ਪਹੁੰਚਾਉਣੇ ਘਰਾਂ ਨੂੰ। ਹਾਂਜੀ, ਤਾਂ ਮੈਂ ਘਰ ਪਹੁੰਚ ਗਿਆ ਸੀ, ਹੁਣ ਨਹਾ ਧੋ ਕੇ ਤੁਹਾਨੂੰ ਤਿਆਰ ਮਿਲਦੇ ਹਾਂ ਜੀ। ਸਕੂਲ ਜਾਣ ਲਈ ਮੈਂ ਨਹਾ ਧੋ ਕੇ ਹੋ ਗਿਆ ਤਿਆਰ, ਹੁਣ ਚੱਲਿਆ ਮੈਂ ਸਕੂਲ। ਸਕੂਲ ਤੋਂ ਆ ਕੇ ਤੁਹਾਨੂੰ ਮਿਲ। ਹਾਂਜੀ, ਤਾਂ ਮੈਂ ਹੁਣੇ ਹੁਣੇ ਆਇਆ ਸੀ ਸਕੂਲ ਤੋਂ, ਹੁਣ ਮਿਲਦੇ ਤੁਹਾਨੂੰ ਰੋਟੀ ਖਾ ਗਈ ਜੀ। ਹਾਂਜੀ, ਤਾਂ ਮੈਂ ਹੁਣ ਰੋਟੀ ਖਾ ਲਈ। ਹਾਂਜੀ, ਮੈਂ ਜਾ ਰਿਹਾ ਹੁਣ ਮੱਝਾਂ ਨੂੰ ਪੱਠੇ ਪਾਉਣ ਲਈ, ਉਸ ਤੋਂ ਬਾਅਦ ਤੁਹਾਨੂੰ ਪੱਠੇ ਪਾ ਕੇ ਮਿਲਦੇ ਹਾਂ ਜੀ। ਹਾਂਜੀ, ਮੱਝ ਨੂੰ ਆਪਾਂ ਪੱਠੇ ਪਾ ਦਿੱਤੇ ਨੇ, ਹੁਣ ਆਪਾਂ ਚੱਲਦੇ ਹਾਂ ਘਰ। ਮੈਂ ਚੱਲਿਆ ਹੁਣ ਪਾਣੀ ਪਿਆਉਣ ਲਈ, ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਹਾਂ ਜੀ। ਅਸੀਂ ਹੁਣ ਪਹੁੰਚ ਚੁੱਕੇ ਹਾਂ ਪਾਣੀ ਪਿਆਉਣ ਲਈ, ਹੁਣ ਪਾਣੀ ਪਿਆਵਾਂਗੇ ਜੀ ਮੱਝਾਂ ਨੂੰ, ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਹਾਂ ਜੀ। ਤਾਂ ਅਸੀਂ ਹੁਣ ਪਿਆਉਣ ਲੱਗੇ ਮੱਝ ਨੂੰ ਪਾਣੀ। ਆਪਾਂ ਕੱਚੀ ਨੂੰ ਪਾਣੀ ਪਿਆਵਾਂਗੇ, ਨਾਲੇ ਜੀ ਇਹਨੂੰ ਨਵਾਵਾਂਗੇ ਜੀ। ਤਾਂ ਮਿੱਤਰੋ, ਆਪਾਂ ਤਿੰਨਾਂ ਨੂੰ ਪਾਣੀ ਪਿਆ ਦਿੱਤਾ, ਹੁਣ ਆਪਾਂ ਚੱਲਦੇ ਹਾਂ ਘਰ, ਫਿਰ ਉਸ ਤੋਂ ਬਾਅਦ ਤੁਹਾਨੂੰ ਅੱਗੇ ਦਿਖਾਉਣੇ ਆ ਜੀ। ਅਤੇ ਹੁਣ ਚੱਲਦੇ ਹਾਂ ਕੋਠੇ 'ਤੇ, ਝੱਟ ਕੇ ਘੁੰਮ ਕੇ ਆਉਣੇ ਉੱਥੇ ਵੀ। ਤਾਂ ਮਿੱਤਰੋ, ਆਪਾਂ ਪਹੁੰਚ ਗਏ ਆਪਾਂ ਆਪਣੀ ਛੱਤ 'ਤੇ। ਤਾਂ ਤੁਸੀਂ ਦੇਖ ਸਕਦੇ ਮਿੱਤਰੋ ਆਪਣੇ ਪਿੰਡ ਦਾ ਮਾਹੌਲ। ਆਪਾਂ ਕੋਈ ਹੋਰ ਤੁਹਾਨੂੰ ਵਲੌਗ 'ਚ ਦੱਸਾਂਗੇ ਜੀ। ਕੀ ਹਾਲ ਆ ਵੀ? ਹੁਣ ਖੇਡਣ ਲੱਗ ਗਏ ਨੇ ਕੋਠੇ 'ਤੇ ਆ ਕੇ ਜੀ, ਸਾਰੇ ਇੱਥੇ ਖੇਡ ਰਹੇ ਨੇ, ਸਾਰੇ ਮੁਹੱਲੇ ਦੇ ਬੱਚੇ। ਚੱਲਿਆ ਹੁਣ ਮੱਝ ਚੋਣ ਲਈ, ਇੱਥੇ ਖੇਡਣ। ਉਸ ਤੋਂ ਬਾਅਦ ਤੁਹਾਨੂੰ ਮੱਝ ਚੋਂਦੇ ਹੋਏ ਦਿਖਾਉਣੇ ਜੀ, ਉਸ ਤੋਂ ਬਾਅਦ ਤੁਹਾਨੂੰ ਮਿਲਾਂਗੇ ਜੀ ਮੱਝ ਚੋ ਕੇ। ਆਪਣੇ ਬਾਈ ਨੇ ਮੱਝ ਚੋਣੀ ਕਰਤੀ ਹੈ ਸ਼ੁਰੂ ਜੀ। ਆ ਚੁੱਕਿਆ ਜੀ, ਹੁਣ ਪਰਨਾ ਸੈੱਟ ਕਰਕੇ ਆਪਾਂ ਚੱਲਦੇ ਹਾਂ ਗੁਰਦੁਆਰੇ। ਹੁਣ ਤਾਂ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਜੀ। ਰਸਨਾ ਗੁਣ ਗੋਪਾਲ ਨਿਧ ਗਾਇਨ ਸ਼ਾਂਤ ਸਹਿਜ ਰਹਿਸ ਮਨ ਪੁਜਿਓ ਸਗਲੇ ਦੂਖ ਬੁਲਾਇਨ ਰਸਨਾ ਗੁਣ ਗੋਪਾਲ ਨਿਧ ਗਾਇਨ ਸਤਨਾਮ ਸੋਇਲਾ ਰਾਗੋਈ ਗੋਲ
हाँ जी तो असी घर पहुँच चुके हैं जी, हम गुरुद्वारा साहब तो आके जी हम मिलने तुम अगे जी अड्डे से, हम उस बाद मिलने जी तुम अड्डे जाके अड्डा दिखावा जी। दिखावांगे जी अपना अड्डा जोर कबूल। हाँ जी तो अरे रौनक मेला चल रहा पूरा, अड्डे ते असीं पहुँच चुके हैं। हाँ डाउन टाउन बेकरी, हाँ नड़वी का बोर्ड लगा हुआ जी। हाँ जी हम चले कलसाणी से अपना हंगरी पॉइंट। हाँ जी तो रात बहुत हो चुकी है, चंद्रमा जी पहुँच चुके ने इतों तक, असं विश्वास स्कूल के कोल पहुँच गए हैं। कलसाणी इतों आप चलते घूम के वापस जी। तो जसबीर फार्म जो नवा खुलिया जी, अंधेरा बहुत है जी अंदर, जा रहे हैं जी वापसी। जसबीर फार्म तो टप चुके जी, अमन अमन आ गया जी, अमन फ्यूल पंप अंधेरा बहुत हो चुका जी। अगे अगे दिखाने अड्डा जी, हमने पा चुके अपनी गली च, सामने काम चल रहा है, दरवाजा लगन दा। हाँ जी तो दोस्तों आप पहुँच हो चुके हैं फ्री, हूँ खानी आप रोटी, रोटी खा के फिर मिलते हैं तुम अगे। हाँ जी तो दोस्तों आप हूँ आपे पा लगे चौके रोटी खा लगे। जी छोलिया जी छोले चौल खावे जी, अब बहुत दिन बाद छोले चौल जी। हाँ जी तो हम आप लैके चलते हैं। हाँ जी तो दोस्तों आप पहुँच हो चुके हैं फ्री, हूँ खानी आप रोटी, रोटी खा के फिर मिलते हैं तुम अगे। हाँ जी तो दोस्तों आप हूँ आपे पा लगे चौल फिर रोटी खा लगे। आप सब्जी जी छोलिया जी छोले चौल खावे जी, अब बहुत दिन बाद छोले चौल जी। हाँ जी तो हम आप लैके चलते हैं। हाँ जी तक हाँ जी अज्ज का व्लॉग आप इत्थे खत्म करते हैं। थैंक यू फॉर वाचिंग, सत श्री अकाल जी, ओके बाय।